रब्बा तेनू थोड़े केड़ी तेथों भी नहीं रजदे बंदे कसमें मंजिल मिल जानी सी। हाँ। कसमें मंजिल मिल जानी सी एक पासे जे भजदे बंदे। ओए बाल खिडौने वेंद आए ते की होया आपे टुर जावेगा तके नाम आ। ओ तेरी आ जिहड़ी गल है ना बड़ी थावां ते एप्लीकेबल हो सकदी तुहाडी जिंदगी दे विच। ਵੱਡੀ ਇੱਕ ਜੀਪ ਕਾਲੀ ਹੋਵੇ ਨੀ ਸਪੀਡ 40 ਬੀਟ ਇੰਟੈਂਸ ਵਾਲੀ ਫੇਰ ਗਮ ਸੈਟਿਆ। ਟਾਈਮ ਤੋਂ ਮੈਨੂੰ ਕਾਫੀ ਜਾਣੇ ਲੋਕ ਕਹਿ ਰਹੇ ਸੀਗੇ ਭਾਜੀ ਪੰਜਾਬੀ ਪੋਇਟਰੀ ਦੇ ਐਪੀਸੋਡਸ ਦੇ ਵਿੱਚ ਤਜੰਮੁਲ ਕਲੀਮ ਸਾਹਿਬ ਦੀ ਜਿਹੜੀ ਪੋਇਟਰੀ ਹੈ ਉਹਨੂੰ ਸਾਹਮਣੇ ਲੈ ਕੇ ਆਓ ਤੇ ਮੈਂ ਕਿਹਾ ਜੀ ਫਿਰ ਜ਼ਰੂਰ। ਸੋ ਅੱਜ ਦਾ ਜਿਹੜਾ ਐਪੀਸੋਡ ਆ ਪੂਰਾ ਡੈਡੀਕੇਟਡ ਹੈ ਤਜੰਮੁਲ ਕਲੀਮ ਸਾਹਿਬ ਦੀ ਪੋਇਟਰੀ ਤੇ। ਸਾਰੇ ਜਣੇ ਆਰਾਮ ਨਾਲ ਦੇਖਿਓ ਜਿੰਨੇ ਵੀ ਪੰਜਾਬੀ ਪੋਇਟਰੀ ਦੇ ਲਵਰ ਹੈ ਪਿਆਰ ਕਰਨ ਵਾਲੇ ਹੈ ਕਿਉਂਕਿ ਅੱਜ ਦੀ ਵੀਡੀਓ ਖਾਸ ਹੋਣ ਵਾਲੀ ਹੈ। ਚਾਹੇ ਹੁਣ ਟੁੱਟੇ ਦਿਲਾਂ ਵਾਲੇ, ਚਾਹੇ ਹੁਣ ਰਿਸ਼ਤੇ ਨਾਤਿਆਂ ਨੂੰ ਸਮਝਣ ਵਾਲੇ, ਚਾਹੇ ਹੁਣ ਕੁਝ ਲੌਜਿਕ ਵਾਲੀਆਂ ਗੱਲਾਂ, ਕੁਝ ਚੰਗੀਆਂ ਸੱਭਿਆਚਾਰ ਦੀਆਂ ਜਾਂ ਆਪਣੀ ਬੋਲੀ ਨੂੰ ਲੈ ਕੇ, ਸਾਰੀਆਂ ਹੀ ਬਹੁਤ ਮਿਠਾਸ ਭਰੀ ਲਹਿਜ਼ੇ ਦੇ ਵਿੱਚ ਅੱਜ ਆਪਾਂ ਦੇਖਾਂਗੇ ਇਹਨਾਂ ਦੀ ਜ਼ੁਬਾਨੀ। ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹਦਾ ਨਾਮ ਆ ਪੰਜਾਬੀ ਰੀਅਲ ਟੀਵੀ ਅਤੇ ਵੀਡੀਓ ਕਰਦੇ ਹਾਂ ਸ਼ੁਰੂ ਬਿਨਾਂ ਕਿਸੇ ਦੇਰੀ ਤੋਂ। ਆ ਜਾਓ। ਕੁੱਖ ਦੀ ਕੈਦੋਂ ਛੁੱਟ ਕੇ ਰੋਇਆ, ਹਾਂਜੀ ਅੱਜ ਇੱਕ ਬੂਟਾ ਫੁੱਟ ਕੇ ਰੋਇਆ। ਹਾਏ ਅੱਛਾ, ਕੁੱਖ ਦੀ ਕੈਦੋਂ ਛੁੱਟ ਕੇ ਰੋਇਆ ਮਤਲਬ ਕਿ ਜਦੋਂ ਬੱਚਾ ਇੱਕ ਨਵਾਂ ਜੰਮਦਾ ਨਾ ਅਤੇ ਉਦੋਂ ਉਹ ਰੋਂਦਾ ਹੁੰਦਾ ਅਤੇ ਫਿਰ ਕਹਿੰਦੇ ਵੀ ਇੱਕ ਬੂਟਾ ਪੱਟ ਕੇ ਰੋਇਆ। ਕਿਆ ਵਾ ਡੂੰਘੀ ਸੋਚ। ਕੁੱਖ ਦੀ ਕੈਦੋਂ ਛੁੱਟ ਕੇ ਰੋਇਆ, ਅੱਜ ਇੱਕ ਬੂਟਾ ਫੁੱਟ ਕੇ ਰੋਇਆ, ਮੈਂ ਤੇ ਹੱਸ ਕੇ ਕਾਟੇ ਸਹਿ ਲੈ, ਲੁੱਟਣ ਵਾਲਾ ਲੁੱਟ ਕੇ ਰੋਇਆ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਜੀਓ। ਲੁੱਟਣ ਵਾਲਾ ਕਹਿੰਦੇ ਲੁੱਟ ਕੇ ਰੋਇਆ, ਮੈਨੂੰ ਨੀ ਕੋਈ ਫਰਕ ਪਿਆ। ਮੈਂ ਤੇ ਹੱਸ ਕੇ ਕਾਟੇ ਸਹਿ ਲੈ, ਲੁੱਟਣ ਵਾਲਾ ਲੁੱਟ ਕੇ ਰੋਇਆ। ਕੱਚੀ ਬਸਤੀ ਲੰਘਣ ਲੱਗਿਆ, ਰਾਤੀ ਬੱਦਲ ਟੁੱਟ ਕੇ ਰੋਇਆ। ਮਤਲਬ ਬੱਦਲ ਨੂੰ ਤਰਸ ਆ ਗਿਆ ਕਿ ਕਿਸੇ ਗਰੀਬ ਦਾ ਘਰ ਉੱਜੜ ਜਾਣਾ ਅੱਜ। ਕੱਚੀ ਬਸਤੀ ਲੰਘਣ ਲੱਗਿਆ, ਰਾਤੀ ਬੱਦਲ ਟੁੱਟ ਕੇ ਰੋਇਆ। ਲੱਠੇ ਦੀ ਥਾਂ ਪਾਟੇ ਲੀੜੇ, ਹਾਏ ਲੱਠਾ ਆਲਾ ਕਿਸਮ ਦਾ ਕੱਪੜਾ। ਟੁੱਟ ਕੇ ਰੋਇਆ ਚੋਰ ਕਬਰ ਨੂੰ ਪੁੱਟ ਕੇ ਰੋਇਆ। ਵਾਹ ਅੱਛਾ, ਮੈਨੂੰ ਇਹਦੇ ਬਾਰੇ ਕੋਈ ਖਾਸਾ ਇਲਮ ਨਹੀਂ ਗਾ। ਇਹਨਾਂ ਦਾ ਕਹਿਣ ਦਾ ਮਤਲਬ ਲੱਠੇ ਦੀ ਥਾਂ ਪਾਟੇ ਲੀੜੇ, ਚੋਰ ਕਬਰ ਨੂੰ ਪੁੱਟ ਕੇ ਰੋਇਆ। ਮਤਲਬ ਕਿ ਜਦੋਂ ਕਿਸੇ ਨੂੰ ਦਫਨਾਇਆ ਜਾਂਦਾ ਇਸਲਾਮ ਦੇ ਵਿੱਚ, ਮੈਂ ਅੱਜ ਤੱਕ ਆਪਣੀ ਜ਼ਿੰਦਗੀ 'ਚ ਕਦੇ ਮੇਰੇ ਆਸੇ ਪਾਸੇ ਮੈਂ ਕਦੇ ਕਿਸੇ ਨੂੰ ਦੇਖਿਆ ਨਹੀਂ, ਨਾ ਹੀ ਮੈਂ ਇਹ ਵਾਲੀ ਸੈਰਮਨੀ ਕਦੇ ਅਟੈਂਡ ਕੀਤੀ ਹੈ। ਅਤੇ ਮਤਲਬ ਉਦੋਂ ਕਿ ਜਿਹੜਾ ਕੱਪੜਾ ਕਫਨ ਦਾ ਜਿਹੜਾ ਕੱਪੜਾ ਉਹ ਮਤਲਬ ਲੱਠੇ ਦਾ ਹੁੰਦਾ ਕਿ ਆਲਾ ਕਿਸਮ ਦਾ ਕੱਪੜਾ ਹੁੰਦਾ ਜਿਹੜਾ ਕਫਨ ਦਾ ਕੱਪੜਾ ਤਿਆਰ ਕੀਤਾ ਜਾਂਦਾ, ਮੈਨੂੰ ਇਹ ਕਮੈਂਟ ਕਰਕੇ ਦੱਸ ਦਿਓ। ਸ਼ਾਇਦ ਉਹੀ ਹੋਣਾ ਕਿ ਤਾਂ ਹੀ ਉਹਨਾਂ ਨੇ ਲੱਠੇ ਦਾ ਕਿਹਾ, ਬੰਦੇ ਗੱਜਦੇ ਗੱਜਦੇ ਬੰਦੇ। ਹਾਂ ਇਹ ਸੁਣਿਆ ਮੈਂ, ਸਹੀ ਹੈ। ਬਦਲਾਂ ਵਾਂਗ ਨੇ ਗੱਜਦੇ ਬੰਦੇ, ਵਸਣ ਕਿਸ ਤਰ੍ਹਾਂ ਅੱਜਦੇ ਬੰਦੇ। ਹਾਏ ਅੱਜ ਉਹ ਗੱਲ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ। ਹੈ ਤੂੰ ਜੇ ਪੱਲੂ ਕੀਤਾ ਹੁੰਦਾ ਕੰਧਾਂ ਵਿੱਚ ਨਾ ਵੱਜਦੇ ਬੰਦੇ, ਤੂੰ ਜੇ ਪੱਲੂ ਕੀਤਾ ਹੁੰਦਾ ਕੰਧਾਂ ਵਿੱਚ ਨਾ ਵੱਜਦੇ ਬੰਦੇ। ਕਿਆ ਬਾਤ ਹੈ, ਹਾਏ ਬੰਦਾ ਸਪੈਸ਼ਲ ਦਾਤ ਦੇਣ ਆਇਆ ਉੱਠ ਕੇ। ਹੈ ਸਹੀ ਹੈ ਬਈ, ਤੂੰ ਜੇ ਪੱਲੂ ਕੀਤਾ ਹੁੰਦਾ ਕੰਧਾਂ ਵਿੱਚ ਨਾ ਵੱਜਦੇ ਬੰਦੇ। ਰੱਬਾ ਤੈਨੂੰ ਥੋੜ ਕਿਹੜੀ, ਹਾਏ ਤਰਲਾ ਹੀ ਹੈ ਰੱਬ ਨੂੰ। ਰੱਬਾ ਤੈਨੂੰ ਥੋੜ ਕਿਹੜੀ ਤੈਥੋਂ ਵੀ ਨਹੀਂ ਰੱਜਦੇ ਬੰਦੇ। ਓਏ ਤੇਰੇ ਜੀ ਨਹੀਂ ਭਰਦਾ ਬੰਦਿਆਂ ਦਾ, ਆ ਰੱਬਾ ਆ ਵੀ ਦੇ ਦੇ ਉਹ ਵੀ ਦੇ ਦੇ। ਰੱਬਾ ਤੈਨੂੰ ਥੋੜ ਕਿਹੜੀ
ਇੱਥੋਂ ਵੀ ਨਹੀਂ ਰੱਜਦੇ ਬੰਦੇ ਕਸਮੇ ਮੰਜ਼ਲ ਮਿਲ ਜਾਣੀ ਸੀ ਹਾਂ ਕਸਮੇ ਮੰਜ਼ਲ ਮਿਲ ਜਾਣੀ ਸੀ ਇੱਕ ਪਾਸੇ ਜੇ ਭੱਜਦੇ ਬੰਦੇ ਓਏ ਕਿੰਨੀ ਡੀਪ ਗੱਲ ਕੀਤੀ ਇਹਨਾਂ ਨੇ ਇਹਨੂੰ ਤੁਸੀਂ ਜਿਸ ਤਰੀਕੇ ਨਾਲ ਮਰਜ਼ੀ ਲੈ ਸਕਦੇ ਹਾਂ ਕਿ ਇੱਕੋ ਪਾਸੇ ਭੱਜਦੇ ਮਤਲਬ ਮੰਜ਼ਿਲ ਮਿਲ ਜਾਣੀ ਸੀ ਜਿਵੇਂ ਹੁਣ ਅੱਜ ਕੱਲ੍ਹ ਦੁਨੀਆ 'ਚ ਇੰਨੇ ਧਰਮ ਹੋ ਗਏ ਹੈ ਹਰ ਬੰਦਾ ਆਪਣੀ ਸੋਚ ਰੱਖਦਾ ਆਪਣੀ ਡਿਫਰੈਂਟ ਸੋਚ ਰੱਖਦਾ ਸੋਸ਼ਲ ਮੀਡੀਆ ਆ ਗਿਆ ਹੁਣ ਤਾਂ ਜਮਾਂ ਹੀ ਡਿਫਰੈਂਟ ਹੋ ਗਿਆ ਕੰਮ ਅਤੇ ਸਭ ਦਾ ਆਪਣਾ ਆਪਣਾ ਮੰਨਣਾ ਹੈ ਆਪਣੀ ਆਪਣੀ ਸੋਚ ਹੈ ਕਹਿੰਦੇ ਜੇ ਇੱਕੋ ਹੁੰਦੀ ਮੰਜ਼ਿਲ ਮਤਲਬ ਮੰਜ਼ਿਲ ਤਾਂ ਇੱਕੋ ਹੀ ਹੈ ਜੇ ਇੱਕੋ ਰਸਤਾ ਹੁੰਦਾ ਇੱਕੋ ਵੱਲ ਭੱਜਦੇ ਤਾਂ ਸ਼ਾਇਦ ਮੰਜ਼ਿਲ ਮਿਲ ਜਾਂਦੀ ਕੀ ਬਾਤ ਹੈ ਬਈ ਕਸਮੇ ਮੰਜ਼ਿਲ ਮਿਲ ਜਾਣੀ ਸੀ ਇੱਕ ਪਾਸੇ ਜੇ ਭੱਜਦੇ ਬੰਦੇ ਅਲੀ ਦੋਹਾਂ ਸਦੀਆਂ ਤਿਕਰ ਜੀਣਾ ਦੋਹਾਂ ਸਦੀਆਂ ਤਿਕਰ ਜੀਣਾ ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ ਆਏ ਕੀ ਬਾਤ ਹੈ ਕੀ ਬਾਤ ਹੈ ਸਹੀ ਹੈ ਬਈ ਬਹੁਤ ਵਧੀਆ ਆਪਣੇ ਕੰਮ ਨੂੰ ਮਾਣ ਦੇਣਾ ਬਹੁਤ ਅੱਛੀ ਗੱਲ ਹੈ ਸਹੀ ਹੈ ਸਹੀ ਹੈ ਉਹ ਕਹਿੰਦੇ ਮੁਕਰਰ ਲਫ਼ਜ਼ਾਂ ਨਾ ਟੋ ਤਬੀਬਾ ਸਮਝ ਲੈ ਰਾਂਝਾ ਵਾਂ ਵੀਰ ਦੁੱਖ ਮੈਂ ਇਸ਼ਕ ਸੋਹਣੀ ਦਾ ਵੇਖਿਆ ਹੈ ਗਰੀਬ ਘਰ ਨੂੰ ਅਮੀਰ ਦੁੱਖ ਹੈ ਓਏ ਹੋਏ ਹੋਏ ਗਰੀਬ ਘਰ ਨੂੰ ਅਮੀਰ ਦੁੱਖ ਹੈ ਮਤਲਬ ਵੱਡਾ ਦੁੱਖ ਹੈ ਦੀਆਂ ਕੋਈ ਹੋਰ ਮਤਲਬ ਹੈ ਇੱਥੇ ਯਾਰ ਬੜੀਆਂ ਨਾ ਗੁੱਝੀਆਂ ਗੱਲਾਂ ਇਹਨਾਂ ਦੀਆਂ ਹਜ਼ਾਰ ਖੁਸ਼ੀਆਂ ਹੰਡਾਓ ਭਾਵੇਂ ਹਾਂ ਇਹ ਸਾਹ ਹੈ ਇਹਦੀ ਅਖੀਰ ਦੁੱਖ ਹੈ ਕੀ ਬਾਤ ਹੈ ਬਈ ਇੱਕ ਦਿਨ ਸਾਹ ਮੁੱਕ ਹੀ ਜਾਣੇ ਹੈ ਵਾਹ ਬਈ ਵਾਹ ਵਾਹ ਕਮਾਲ ਸ਼ਾਇਰੀ ਇਹਨਾਂ ਦੀ ਯਾਰ ਜੀਵਨ ਦੁੱਖ ਨੂੰ ਹੱਥੀਂ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ ਸਾਹ ਦੇ ਦਾਣੇ ਚੱਬੋ ਹੱਥੇ ਨਾ ਮਾਰੋ ਹਾਏ ਆਪਾਂ ਫੱਕੇ ਮਾਰ ਕੇ ਖੜਦੇ ਨਾ ਕੋਈ ਚੀਜ਼ ਖਾਂਦੇ ਹੁੰਦੇ ਹੈ ਕਹਿੰਦੇ ਫੱਕੇ ਨਾ ਮਾਰੋ ਸਾਹ ਦੇ ਦਾਣੇ ਚੱਬੋ ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ ਸਾਹ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਬਾਲ ਖਿਡੌਣੇ ਵੇਂਹਦਾ ਹੈ ਤੇ ਕੀ ਹੋਇਆ ਸਹੀ ਹੈ ਬਾਲ ਖਿਡੌਣੇ ਵੇਂਹਦਾ ਹੈ ਤੇ ਕੀ ਹੋਇਆ ਆਪੇ ਟੁਰ ਜਾਵੇਗਾ ਧੱਕੇ ਨਾ ਮਾਰੋ ਓ ਤੇਰੀ ਆਹ ਜਿਹੜੀ ਗੱਲ ਹੈ ਨਾ ਬੜੀ ਥਾਵਾਂ ਤੇ ਐਪਲੀਕੇਬਲ ਹੋ ਸਕਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਪੇ ਟੁਰ ਜਾਵੇਗਾ ਧੱਕੇ ਨਾ ਮਾਰੋ ਹਿਰਸਾਂ ਅੱਗੇ ਮੌਤ ਦੁਹਾਈਆਂ ਦਿੰਦੀ ਰਹੀ ਹਿਰਸਾਂ ਅੱਗੇ ਮੌਤ ਦੁਹਾਈਆਂ ਦਿੰਦੀ ਰਹੀ ਰੈਫਲ ਅੱਗੇ ਵੀਰ ਜੇ ਸੱਕੇ ਚੱਕ ਕੇ ਰੱਖਿਆ ਕੰਮ ਬਾਈ ਨੇ ਪੂਰਾ ਬਾਈ ਹਿਰਸਾਂ ਅੱਗੇ ਮੌਤ ਦੁਹਾਈਆਂ ਦਿੰਦੀ ਰਹੀ ਰੈਫਲ ਅੱਗੇ ਵੀਰ ਜੇ ਸੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਣਾ ਇੱਕ ਬਰਾਬਰ ਨਹੀਂ ਜਿੱਤ ਲੈਣਾ ਤੇ ਖੋਣਾ ਇੱਕ ਬਰਾਬਰ ਨਹੀਂ ਦੁਖੀਆਂ ਨਾਲ ਤੇ ਸਾਡੇ ਯੱਕੇ ਨਾ ਮਾਰੋ ਗੁੱਡ ਵਨ ਗੁੱਡ ਵਨ ਹਾਂ ਉਹ ਵੀ ਦੁਸ਼ਮਣ ਦਾ ਚੱਜ ਦਾ ਲਿਆਓ ਟੱਕਰ ਵਾਲਾ ਜਿੱਦਾਂ ਮੌਲਾ ਜੱਟ ਤੇ ਨੂਰੀ ਨੱਤ ਜਿੱਤ ਲੈਣਾ ਤੇ ਖੋਣਾ ਕਿਆ ਬਾਤ ਹੈ ਵੀ ਕਿਆ ਬਾਤ ਹੈ ਸਾਰੇ ਯਾਰ ਕਲੀਮ ਜੀ ਲੋਭੀ ਨਹੀਂ ਹੁੰਦੇ ਦਿਲ ਨੂੰ ਜਿੰਦਰੇ ਪੱਕੇ ਪੱਕੇ ਨਾ ਮਾਰੋ ਪੁਆਇੰਟ ਐਡੇ ਢੀਠ ਬਣ ਕੇ ਕਿਸੇ ਦਾ ਗੁੱਸਾ ਗਿਲਾ ਨਾ ਕਰੋ ਨਾਰਾਜ਼ਗੀ ਨਾ ਰੱਖੋ ਮਾਫ ਕਰ ਦੋ ਗਜ਼ਲ ਮੈਂ ਸੁਣਾ ਲਵਾਂ ਚਾਰ ਚਫੇਰੇ
ਕੰਧ ਖਲੀਏ ਮਾੜੀ ਜਿਹੀ ਚਾਰ ਚਫੇਰੇ ਕੰਧ ਖਲੀਏ ਮਾੜੀ ਜਿਹੀ ਅੱਗੇ ਬੂਹੋਂ ਬਾਹਰ ਗਲੀਏ ਮਾੜੀ ਜਿਹੀ ਇਹ ਜਿਹੜੇ ਪਿੰਡਾਂ ਚ ਰਹਿੰਦੇ ਉਹਨਾਂ ਨੂੰ ਇਹ ਜ਼ਿਆਦਾ ਰਿਲੇਟ ਕਰਨਗੇ ਚਾਰ ਚਫੇਰੇ ਚਾਰ ਚਫੇਰੇ ਕੰਧ ਖਲੀਏ ਮਾੜੀ ਜਿਹੀ ਅੱਗੇ ਬੂਹੋਂ ਬਾਹਰ ਗਲੀਏ ਮਾੜੀ ਜਿਹੀ ਲੱਗਦਾ ਏ ਬਈ ਇਹਨੂੰ ਕਿਸਮਤ ਕਹਿੰਦੇ ਨੇ ਜਿਹੜੀ ਮੇਰੇ ਨਾਲ ਖਲੀਏ ਮਾੜੀ ਜਿਹੀ ਕਿਆ ਬਾਤ ਹੈ ਬਈ ਇੱਕ ਇੱਕ ਫੀਲਿੰਗ ਅਹਿਸਾਸ ਇੱਕ ਹੈ ਵੀ ਜਿਹੜੇ ਬੰਦੇ ਦਾ ਸ਼ਾਇਦ ਕਿਤੇ ਕੰਮ ਨਾ ਬਣਦਾ ਹੋਵੇ ਉਹ ਬੜਾ ਰਿਲੇਟ ਕਰ ਸਕਦਾ ਹੋਊਗਾ ਕਿਉਂਕਿ ਜ਼ਿੰਦਗੀ ਵਿੱਚ ਧੱਕੇ ਵੀ ਬੜੇ ਹੁੰਦੇ ਆ ਅਤੇ ਕਹਿੰਦਾ ਵੀ ਮੇਰੀ ਇਹੋ ਜਿਹੀ ਕਿਸਮਤ ਹੈ ਕਿ ਬੜੀ ਘੱਟ ਕਿਸਮਤ ਹੈ ਮੇਰੇ ਕੰਮ ਨਹੀਂ ਬਣਦੇ ਐ ਮੈਂ ਮਿਹਨਤ ਕਰਦਾ ਮੈਨੂੰ ਫਲ ਨਹੀਂ ਮਿਲਦਾ ਕਹਿੰਦੇ ਵੀ ਆਹੀ ਹੈ ਸ਼ਾਇਦ ਕਿਸਮਤ ਜਿਹੜੀ ਮੇਰੇ ਨਾਲ ਖੜੀ ਹੈ ਮਾੜੀ ਜੀ ਕਿਆ ਬਾਤ ਹੈ ਲੱਗਦਾ ਹੈ ਬਈ ਇਹਨੂੰ ਕਿਸਮਤ ਕਹਿੰਦੇ ਨੇ ਜਿਹੜੀ ਮੇਰੇ ਨਾਲ ਖੜੀ ਹੈ ਮਾੜੀ ਜੀ ਮਾੜੀ ਜੀ ਅਲੀ ਦਰੀਓਨ ਕਸਮੇ ਇਹ ਤਲਵਾਰ ਤੇ ਮੈਨੂੰ ਕੋਹ ਦਿੰਦੀ ਅਲੀ ਦਰੀਓਨ ਸਾਹਿਬ ਦੀ ਇਹ ਹੈ ਗਜ਼ਲ ਤਲਵਾਰ ਤੇ ਮੈਨੂੰ ਕੋਹ ਦਿੰਦੀ ਰੋਜ਼ਾ ਰੱਖਿਆ ਭੁੱਖ ਟਲੀਏ ਮਾੜੀ ਜੀ ਓ ਬਾਈ ਜੀ ਇਹ ਅੰਦਰ ਦੀ ਭੁੱਖ ਜਿਹੜੀ ਰੋਜ਼ਾ ਰੱਖ ਕੇ ਮੁੱਕੀ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਕਸਮੇ ਤਲਵਾਰ ਤੇ ਇਹਨਾਂ ਦਾ ਰਿਸਪੈਕਟ ਨੂੰ ਐਕਸੈਪਟ ਕਰਨ ਦਾ ਤਰੀਕਾ ਬੜਾ ਸੋਹਣਾ ਲੱਗਿਆ ਮੈਨੂੰ ਬਹੁਤ ਆਲਾ ਕਿਸਮ ਦੇ ਇਹ ਸ਼ਾਇਰ ਨੇ ਰੋਜ਼ਾ ਰੱਖਿਆ ਭੁੱਖ ਟਲੀਏ ਮਾੜੀ ਜੀ ਮਾੜੀ ਜੀ ਉਹਨੂੰ ਇੱਕ ਮਿੰਟ ਸੂਲੀ ਟੰਗਣਾ ਨਹੀਂ ਆਉਂਦਾ ਸੂਲੀ ਟੰਗਣਾ ਨਹੀਂ ਆਉਂਦਾ ਉਹਨੂੰ ਸੰਗਣਾ ਨਹੀਂ ਆਉਂਦਾ ਨਖਰੇ ਨਹੀਂ ਮਾਰਨੇ ਆਉਂਦੇ ਉਹਨੂੰ ਟੰਗਣਾ ਨਹੀਂ ਆਉਂਦਾ ਉਹਨੂੰ ਸੰਗਣਾ ਨਹੀਂ ਆਉਂਦਾ ਉਹਨੂੰ ਸੰਗਣਾ ਨਹੀਂ ਆਉਂਦਾ ਤੇਰਾ ਨਹੀਂ ਰੱਬਾ ਤੂੰ ਹੀ ਰਹਿਮ ਕਰੀ ਮੈਨੂੰ ਮੰਗਣਾ ਨਹੀਂ ਆਉਂਦਾ ਰੱਬਾ ਤੂੰ ਹੀ ਰਹਿਮ ਕਰੀ ਮੈਨੂੰ ਮੰਗਣਾ ਨਹੀਂ ਆਉਂਦਾ ਕਦ ਮੇਰੇ ਵਸ ਦੇ ਵਿੱਚ ਸੀ ਕਿ ਪੁੱਤਰ ਜਾਂ ਧੀ ਲਵਾਂ ਅੱਛਾ ਥੱਲੇ ਇੱਧਰ ਤਹਿਜ਼ੀਬ ਹਾਫੀ ਸਾਹਿਬ ਬੈਠੇ ਨੇ ਆਹ ਦੇਖੋ ਇੱਧਰਲੇ ਪਾਸੇ ਹੈ ਅੱਛਾ ਮੈਨੂੰ ਲੱਗਦਾ ਇਹ ਉਸਤਾਦ ਨੇ ਇਹਨਾਂ ਸਾਰਿਆਂ ਦੇ ਹੈ ਕਦ ਮੇਰੇ ਵਸ ਦੇ ਵਿੱਚ ਸੀ ਕਿ ਪੁੱਤਰ ਜਾਂ ਧੀ ਲਵਾਂ ਮੇਰੇ ਤੇ ਫਰਜ਼ ਸੀ ਜਿਹੜਾ ਮੋਹਰਾ ਹੈ ਪੀ ਲਵਾਂ ਆਹ ਵਾਹ ਕਦ ਮੇਰੇ ਵਸ ਦੇ ਵਿੱਚ ਸੀ ਕਿ ਪੁੱਤਰ ਜਾਂ ਧੀ ਲਵਾਂ ਮੇਰੇ ਤੇ ਫਰਜ਼ ਸੀ ਜਿਹੜਾ ਮੋਹਰਾ ਹੈ ਪੀ ਲਵਾਂ ਪੀ ਲਵਾਂ ਉੱਧੜ ਗਿਆ ਵਾਂ ਜ਼ਾਲਮਾ ਇਹ ਸੋਚ ਸੋਚ ਕੇ ਉੱਧੜ ਗਿਆ ਵਾਂ ਜ਼ਾਲਮਾ ਇਹ ਸੋਚ ਸੋਚ ਕੇ ਅੱਖਾਂ ਤੇ ਸੀ ਗਿਆ ਏ ਮੈਂ ਬੋਲੂ ਕਿਸ ਤਰ੍ਹਾਂ ਸੀ ਲਵਾਂ ਉੱਧੜ ਗਿਆ ਵਾਂ ਜ਼ਾਲਮਾ ਇਹ ਸੋਚ ਸੋਚ ਕੇ ਮੈਂ ਬੋਲੂ ਕਿਸ ਤਰ੍ਹਾਂ ਸੀ ਰਵਾਂ ਕੋਈ ਜਿਉਂਦਾ ਹੀ ਨਹੀਂ ਬਚਿਆ ਕਿਹੜਾ ਮੈਨੂੰ ਵੇਖੇ ਓ ਕੋਈ ਜਿਉਂਦਾ ਹੀ ਨਹੀਂ ਬਚਿਆ ਕਿਹੜਾ ਮੈਨੂੰ ਵੇਖੇ ਕੋਈ ਜਿਉਂਦਾ ਹੀ ਨਹੀਂ ਬਚਿਆ ਕਿਹੜਾ ਮੈਨੂੰ ਦੇਖੇ ਮੈਨੂੰ ਵੇਖੇ ਮੈਂ ਵਿਹੜੇ ਨੂੰ ਵੇਖੀ ਜਾਵਾਂ ਵਿਹੜਾ ਮੈਨੂੰ ਵੇਖੇ ਮੈਨੂੰ ਵੇਖੇ ਹਾਏ ਓਏ ਰੱਬਾ ਕਿਆ ਬਾਤ ਹੈ ਇਹ ਖਾਲੀ ਦਿਲਾਂ ਵਾਲੇ ਜਿਹੜੇ ਭਰੇ ਪਏ ਆ ਅੰਦਰੋਂ ਹੈ ਉਹਨਾਂ ਦੀ ਫੀਲਿੰਗ ਹੈ ਭਾਈ ਕਿਆ ਬਾਤ ਹੈ ਗਾਈਜ਼ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਬਹੁਤ ਆ ਵੀ 15 ਮਿੰਟ ਦੇ ਵੀਡੀਓ ਦੇ ਕਰੀਬ ਹੋ ਚੁੱਕੀ ਹੈ ਸੋ ਅੱਜ ਦੇ ਇਸ ਐਪੀਸੋਡ ਨੂੰ ਤੁਸੀਂ ਕਿੰਨਾ ਕੁ ਇੰਜੋਏ ਕੀਤਾ ਤੁਹਾਨੂੰ ਅੱਜ ਦੀ ਪੋਇਟਰੀ ਅਤੇ ਮੇਰਾ ਰਿਐਕਸ਼ਨ ਕਿਹੋ ਜਿਹਾ ਲੱਗਾ ਮੈਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਹੁਤ ਆਲਾ ਕਿਸਮ ਦੇ ਸ਼ਾਇਰ ਨੇ ਇਹ ਤਜੰਮੁਲ ਕਲੀਮ
ਇਹ ਅਜ਼ਰਾਏ ਸਕੂਨ ਪੰਜਾਬੀ ਪੋਇਟਰੀ ਦਾ ਕੋਈ ਕਿਤੇ ਮੁਸ਼ਾਇਰਾ ਹੋਇਆ ਹੋਣਾ, ਉੱਥੋਂ ਦੀ ਇਹ ਇੱਕ ਝਲਕ ਸੀਗੀ। ਇਹਦਾ ਸੈਕਿੰਡ ਪਾਰਟ ਵੀ ਬਣਾ ਸਕਦੇ ਹਾਂ ਆਪਾਂ, ਤਜੰਮੁਲ ਕਲੀਮ ਸਾਹਿਬ ਦੀ ਡੈਡੀਕੇਟਡ ਜਿਹੜੀ ਪੰਜਾਬੀ ਪੋਇਟਰੀ ਦਾ ਆਪਣਾ ਨੈਕਸਟ ਪਾਰਟ, ਜੇ ਚਾਹੁੰਦੇ ਹੋ ਤਾਂ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਨੂੰ ਲੱਗਦਾ ਥੱਲੇ ਤਹਿਜ਼ੀਬ ਹਾਫੀ ਸਾਹਿਬ ਬੈਠੇ ਸੀ, ਅਲੀ ਜ਼ਰਿਓਨ ਦਾ ਇਹਨਾਂ ਨੇ ਜ਼ਿਕਰ ਕੀਤਾ ਵਿੱਚ, ਅਤੇ ਮੈਨੂੰ ਲੱਗਦਾ ਇਹ ਸੀਨੀਅਰ ਵੀ ਨੇ ਕਾਫੀ, ਅਤੇ ਪਰ ਮੈਂ ਇਹਨਾਂ ਨੂੰ ਆ ਪਿੱਛੇ ਜੇ ਥੋੜ੍ਹੇ ਕੁ ਦਿਨ ਪਹਿਲਾਂ ਹੀ ਮੇਰੇ ਸਾਹਮਣੇ ਇਹ ਆਏ ਆ, ਮੈਂ ਇਹਨਾਂ ਨੂੰ ਹੁਣ ਹੀ ਜਾਣਨ ਲੱਗਾ। ਅਤੇ ਜਦੋਂ ਦਾ ਮੈਂ ਇਹਨਾਂ ਨੂੰ ਜਾਣਨ ਲੱਗਾ, ਮੈਂ ਔਨ ਦਾ ਕੈਮਰਾ ਤਾਂ ਇਹਨਾਂ ਦੀਆਂ ਵੀਡੀਓਜ਼ ਜ਼ਰੂਰ ਬਣਾ ਹੀ ਰਿਹਾ, ਮੈਂ ਔਫ ਦਾ ਕੈਮਰਾ ਵੀ ਇਹਨਾਂ ਦੀਆਂ ਵੀਡੀਓਜ਼ ਦੇਖੀਆਂ, ਅਤੇ ਇਹ ਬੜੇ ਜਦੋਂ ਇਹ ਗੱਲ ਕਰਦੇ ਭਾਰੇ ਆਉਂਦੇ ਆ ਯਾਰ, ਇਹਨਾਂ ਦਾ ਮਨ ਭਰਿਆ ਹੁੰਦਾ, ਇਹ ਇੰਨੇ ਕੁ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਜਦੋਂ ਕਦੇ ਇਹਨਾਂ ਦਾ ਸ਼ਾਇਰ ਇੱਕ ਸ਼ੇਅਰ ਉਹੋ ਜਿਹਾ ਹੁੰਦਾ ਜਿਹਦੇ ਵਿੱਚ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਦੀ ਗੱਲ ਕੀਤੀ ਗਈ ਹੈ, ਅਤੇ ਉਦੋਂ ਇਹ ਇਹਨਾਂ ਦਾ ਮਨ ਭਰਿਆਉਂਦਾ ਨਾ, ਤਾਂ ਉਦੋਂ ਬੜਾ ਇੱਕ ਝਟਕਾ ਜਿਹਾ ਲੱਗਦਾ, ਮਤਲਬ ਲੂਹ ਕੰਢੇ ਖੜ੍ਹੇ ਹੋ ਜਾਂਦੇ ਕਿ ਯਾਰ ਕੋਈ ਇਨਸਾਨ ਇੱਕ ਤਾਂ ਹੁੰਦਾ ਸ਼ਾਇਰੀ ਪੜ੍ਹਨੀ, ਇੱਕ ਤੁਸੀਂ ਲਿਖ ਲਈ ਇੱਕ ਪੜ੍ਹਤੀ, ਠੀਕ ਹੈ, ਉਹਦੇ ਵਿੱਚ ਤੁਸੀਂ ਚਲੋ ਆਪਣੀ ਫੀਲਿੰਗ ਭਰਤੀ ਵਿੱਚ ਭਾਵਨਾਵਾਂ ਜਿਹੜੀਆਂ ਉਹ ਪ੍ਰਗਟਾ ਕਰਤਾ ਉਹਨਾਂ ਦਾ, ਠੀਕ ਹੈ, ਪਰ ਇੱਕ ਹੁੰਦਾ ਕਿ ਉਹ ਸ਼ਾਇਰੀ ਨੂੰ ਜੀ ਲੈਣਾ, ਮਤਲਬ ਜਿਹੜੀ ਸ਼ਾਇਰੀ ਤੁਸੀਂ ਲਿਖ ਲਈ ਕਲਮ ਨਾਲ ਉਹਨੂੰ ਜੀ ਲਿਆ, ਉਹ ਜਿਹੜੇ ਪਲ ਹੁੰਦੇ ਨੇ ਇਹਨਾਂ ਦੇ, ਬਾ ਕਮਾਲ, ਸੀਰੀਅਸਲੀ ਯਾਰ, ਮੈਂ ਮਤਲਬ ਮੈਨੂੰ ਸ਼ਾਇਰੀ ਕੋਈ ਐਡਾ ਵੱਡਾ ਮੈਂ ਫੈਨ ਨਹੀਂ ਗਾ ਸ਼ਾਇਰੀ ਦਾ, ਪਰ ਮੈਂ ਜੋ ਉਹਦੇ ਰਿਐਕਸ਼ਨ ਬਣਾਉਣ ਲੱਗਾ ਨਾ, ਤਾਂ ਮੈਨੂੰ ਇਹਨਾਂ ਦੀ ਜੋ ਸ਼ਾਇਰੀ ਹੈ ਬਹੁਤ ਜ਼ਬਰਦਸਤ ਲੱਗੀ ਹੈ। ਫਨੀ ਮੁਸ਼ਾਇਰੀ ਦੇ ਵਿੱਚ, ਮੁਸ਼ਾਇਰੇ ਦੇ ਵਿੱਚ ਅਨਵਰ ਮਸੂਦ ਸਾਹਿਬ, ਕੋਈ ਤੋੜ ਹੀ ਨਹੀਂ ਬਈ ਯਾਰ ਇਹਨਾਂ ਦਾ, ਮਤਲਬ ਪਾਕਿਸਤਾਨ ਦੇ ਤੁਹਾਡੇ ਮੈਂ ਸ਼ਾਇਰ ਦੇਖੇ, ਇਹਨਾਂ ਦੀ ਜਿਹੜੀ ਇੱਕ ਅਦਾਕਾਰੀ ਨਾ ਬੜੀ ਸਿੰਪਲ ਸਾਦਗੀ ਵਾਲੀ ਅਤੇ ਇੱਕ ਆਲਾ ਦਰਜੇ ਦੀ, ਬਾ ਕਮਾਲ, ਮਜ਼ਾ ਆ ਗਿਆ ਵੀਡੀਓ ਦੇਖ ਕੇ। ਸ਼ੇਅਰ ਕਰਿਓ ਜੇ ਤੁਹਾਨੂੰ ਪਸੰਦ ਆਈ ਤਾਂ, ਠੀਕ ਹੈ, ਅਤੇ ਚੈਨਲ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਪਹਿਲੀ ਵਾਰੀ ਆਪਣੀ ਇਹ ਵੀਡੀਓ ਦੇਖੀ ਹੈ। ਮੈਂ ਤੁਹਾਨੂੰ ਮਿਲਦਾ ਅਗਲੀਆਂ ਵੀਡੀਓ ਦੇ ਵਿੱਚ, ਤਦ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।